अज तुहानू असी अदोलन दियां 31 तरीक दियां नवें साल वाले दियां कहिंदा जो नवां साल मनाउण दा सद्दा दित्ता गया सी उहदे उत्ते तस्वीरां तुहानू दिखा रहे हां किदां किसानां दे नाल जिहड़ी सेवा कीती जा रही आ उहनां दे वस्त्र जिहड़े धो के सुका के उहनां नू दित्ते जा रहे आ। तुसीं मैं कैमरामैन नू बेन करूंगा वी उह इधर दिखाण तस्वीरां उहनां नू किदां उहनां दे जिहड़े वस्त्र आ उहनां नू धो के ऐ चंगी तरह साफ करके साढ़े वीर दे रहे ने। आपां इहनां नाल वी गल करदे हां वी किहड़ी जगह तों जुड़े ने इह कित्थों सेवा चल रही आ इह। हाँ जी वीर जी। हाँ जी भाई जी। कि जगह तो आए हो? लुधियाने सत्तोवाल तो आए जी अपने पंजाब तो जी। की नाम है तुहाडा? मेरा नाम प्रिंस है जी। ते किन्ने दिनों तो चल रही है ये? मेरे 20 दिन हो गए सानू सेवा करदियां नू। हाँ जी। ते काफी दिक्कत आ रही थी ना कपड़ियां दी? बजुर्गों नू बहुत ज़्यादा दिक्कत सी जी क्योंकि बजुर्ग जिहड़े अपने हुण आए हुए आ तां अपने घरे तां चलो अपने मावां भैणां अपनियां कपड़े धो के हरेक घर दे विच बजुर्गां नू दिंदियां इत्थे उहनां दा बहुत ज़्यादा प्रॉब्लम सीगी जी। फिर धुप्प च कित्थे पाउंदे हो कपड़े? असीं तां भाई हुण ड्रायर दे विच जिन्ने कु सुकदे आ तकरीबन 70-80% सुका के हाँ जी दे दिंदे बाकी आपदे ट्राली च पा लैंदे जी जाके उह। हाँ जी। ਤੇ 20 ਦਿਨ ਹੋ ਗਏ ਜੀ ਲਗਾਤਾਰ। ਕਿੰਨੀ ਸੰਗਤ ਆਈ ਹੈ ਤੁਹਾਡੇ ਪਿੰਡੋਂ? ਮੈਂ ਤਾਂ ਇਕੱਲਾ ਹੀ ਆਇਆ ਹੋਇਆ ਜੀ ਪਿੰਡੋਂ। ਇਹ ਮੁੰਡੇ ਸਾਰੇ ਵੱਖ ਵੱਖ ਜਗ੍ਹਾ ਤੋਂ? ਹਾਂਜੀ ਵੱਖ ਵੱਖ ਜਗ੍ਹਾ ਤੋਂ ਆਏ ਜੀ ਇੱਦਾਂ ਮੇਰੇ ਨਾਲ ਸੇਵਾ ਕਰਾਉਣ ਆ ਜਾਂਦੇ ਆ ਜੀ। ਠੀਕ ਹੈ। ਹਾਂਜੀ ਮਸ਼ੀਨਾਂ ਮੈਂ ਘਰੋਂ ਆਪਣੇ ਲੈ ਕੇ ਆਇਆ ਸੀਗਾ ਜੀ ਪਹਿਲਾਂ 2 ਮਸ਼ੀਨਾਂ। ਅੱਛਾ। 2 ਤੋਂ ਸਾਡਾ ਸਟਾਰਟ ਹੋਇਆ ਫਿਰ ਸਾਨੂੰ 2 ਮਸ਼ੀਨਾਂ ਇੱਥੋਂ ਆਪਣੇ ਇੱਕ ਦਿੱਲੀ ਦੇ ਆ ਭਰਾ। ਅੱਛਾ। ਉਹਨਾਂ ਨੇ ਹੋਰ ਸਾਨੂੰ 5-6 ਦਿਨ ਪਹਿਲਾਂ ਲਾ ਕੇ ਦਿੱਤੀਆਂ ਜੀ। ਠੀਕ। ਹਾਂਜੀ ਹੁਣ 4 ਮਸ਼ੀਨਾਂ ਚੱਲਦੀਆਂ ਜੀ। ਤੁਸੀਂ ਦੇਖ ਸਕਦੇ ਹੋ ਵੀ ਸਾਡੇ ਨਾਲ ਪਿੱਛੇ ਮਸ਼ੀਨਾਂ ਜਿਹੜੀਆਂ ਚੱਲ ਰਹੀਆਂ ਵੀਰ ਨੇ 2 ਮਸ਼ੀਨਾਂ ਨਾਲ ਸ਼ੁਰੂ ਕੀਤਾ ਸੀ ਪਰ ਅੱਜ 4 ਮਸ਼ੀਨਾਂ ਹੋ ਚੁੱਕੀਆਂ। 2 ਮਸ਼ੀਨਾਂ ਦੀ ਸੇਵਾ ਜਿਹੜੀ ਉਹ ਸੰਗਤ ਕਰਕੇ ਗਈ ਆ ਤੇ ਆਪਾਂ ਇਧਰ ਜਿਹੜੇ ਕਿਸਾਨ ਵੀਰ ਕੱਪੜੇ ਧਵਾਉਣ ਲਈ ਖੜੇ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ ਵੀ ਇਹ ਕੀ ਇਹਦਾ ਬੈਨੀਫਿਟ ਲੈ ਰਹੇ ਹੋ? ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਕਾਫੀ ਦਿਨਾਂ ਤੋਂ ਸੇਵਾ ਕਰ ਰਹੇ ਨੇ ਲੀੜੀਆਂ ਦੀ ਹੁਣ ਜਿਹੜੇ ਅਸੀਂ ਸਾਡੇ ਵਰਗੇ ਕਿਸਾਨ ਧਰਨੇ 'ਤੇ ਆਏ ਆ ਕੋਈ ਆਪਣੇ ਜਗ੍ਹਾ 'ਤੇ ਏਡੀ ਨਹੀਂ ਗੀ ਅਤੇ ਅਸੀਂ ਆਪ ਲੀੜੇ ਲੈ ਕੇ ਆਏ ਬਹੁਤ ਜ਼ਿਆਦਾ ਸੇਵਾ ਕਰਦੇ ਆ ਬਹੁਤ ਚੰਗੇ ਆ ਪਰਿਵਾਰ ਇਹ ਜਿਹੜੀਆਂ ਮਾਤਾ ਆਈਆਂ ਸੀ ਅਸੀਂ ਆਪ ਧੋਣੇ ਉਹਨਾਂ ਧੋਣ ਨਹੀਂ ਦਿੱਤੇ ਹੈਗਾ ਮਾਂ ਅਸੀਂ ਧੋਵਾਂਗੇ ਹੈ ਅਤੇ ਬੜੇ ਵਧੀਆ ਸੇਵਾ ਕਰਨ ਦੇ ਕਿਸਾਨਾਂ ਦੇ ਲੀੜੇ ਧੋਂਦੇ ਕਿਸਾਨ ਮੌਜਾਂ ਲੁੱਟਣ ਦਾ ਆ ਨਾਲੇ ਮੋਦੀ ਦੇ ਪ੍ਰਾਹੁਣੇ ਆਏ ਆ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿੱਦਾਂ ਕਹਿ ਕਿਸਾਨ ਵੀਰ ਆ ਜਿਹੜੇ ਕੱਪੜੇ ਧਵਾ ਰਹੇ ਨੇ ਅਤੇ ਇੱਕ ਬਹੁਤ ਹੀ ਸੇਵਾ ਜਿਹੜੀ ਚੱਲ ਰਹੀ ਹੈ ਕੱਪੜੇ ਧੋਣ ਦੇ ਵਿੱਚ ਇੱਥੇ ਅੰਦੋਲਨ ਦੇ ਵਿੱਚ ਅਤੇ ਅਸੀਂ ਤੁਹਾਨੂੰ ਹੋਰ ਵੱਖ ਵੱਖ ਤਸਵੀਰਾਂ ਇਸ ਅੰਦੋਲਨ ਦੀਆਂ ਦਿਖਾ ਰਹੇ ਹਾਂ ਅੱਜ ਦੀਆਂ ਅਤੇ ਕਿੱਦਾਂ ਇਸ ਦੇ ਵਿੱਚ ਅੱਜ ਜਿਹੜਾ ਕਿਸਾਨ ਵੀਰਾਂ ਵੱਲੋਂ ਸੱਦਾ ਦਿੱਤਾ ਗਿਆ ਸੀ ਨਵਾਂ ਸਾਲ ਮਨਾਉਣ ਦਾ ਅਤੇ ਉਹਦੇ ਵਿੱਚ ਅੱਜ ਜਿਹੜਾ ਰਸ਼ ਆ 4 ਗੁਣਾ ਵੱਧ ਦੇਖਣ ਨੂੰ ਮਿਲ ਰਿਹਾ ਸਾਨੂੰ ਪਿਛਲੇ 15-20 ਦਿਨਾਂ ਦੇ ਨਾਲੋਂ।